ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਮੇਨ ਵੱਲੋਂ ਮਹਿਲਾ ਦਿਵਸ ਦੇ ਸੰਬੰਧ ਵਿੱਚ ਪ੍ਰਧਾਨ ਨੈਨਿਸ਼ ਬਹਿਲ ਅਤੇ ਸਚਿਵ ਸੁਮਿਤਪੁਰੀ ਦੀ ਅਗਵਾਈ ਹੇਠ ਕਾਰਜਕ੍ਰਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਨਾਰੀ ਸ਼ਕਤੀ ਉੱਪਰ ਕਈ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਉਹਨਾਂ ਡਾਕਟਰ ਅਨੁਪਮਾ ਦੀ ਬਹਾਦਰੀ ਲਈ ਉਹਨਾਂ ਨੂੰ ਸਨਮਾਨਿਤ ਕੀਤਾ। ਐਸ ਨਾਗਪਾਲ, ਅਸ਼ੋਕ ਧਵਨ, ਰਿਤੂਪੁਰੀ, ਰਸ਼ਮੀ ਬਹਿਲ, ਦੀਪਕ ਲੁਥਰਾ, ਤਿਲਕ ਰਾਜ ਮਹਾਜਨ, ਸੁਧੀਰ ਬਜਾਜ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। हैट्स ऑफ टू डॉक्टर अनुपमा गुप्ता। तो आज वुमेन्स डे पे हम लोग भारत विकास परिषद की तरफ से मैम को सम्मानित करने आए हैं और इनकी शक्ति को सम्मानित करते हुए हम सबको आज एक कितनी शक्ति मिली है कि नारी वाकई ही शक्ति है। दुर्गा है तो काली है तो एक ममता भाई माँ भी है। बहुत अच्छा लगा वुमेन्स डे पे सम्मानित किया। मैं तो चाहूँगी सब आगे बढ़ें और देश का विकास करें और जो भी परिस्थिति हो उसमें ढल जाएँ और आगे बढ़ें।